ਜਦੋਂ ਤੁਹਾਨੂੰ ਇੱਕ ਖਜ਼ਾਨਾ ਮੰਤਰੀ 9.5 ਸਾਲ ਇਹੀ ਕਹੀ ਜਾਵੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ, ਫਿਰ ਤੁਹਾਡਾ ਕੀ? ਮੈਂ ਵੀ ਜੇ ਹੁੰਦਾ ਉਸ ਵੇਲੇ ਬੇਰੁਜ਼ਗਾਰਾਂ ਦੀ ਲਿਸਟ 'ਚ, ਮੈਂ ਵੀ ਕਹਿੰਦਾ ਯਾਰ ਜਦੋਂ ਵਿੱਤ ਮੰਤਰੀ ਨੂੰ ਕਹੀ ਜਾਂਦਾ ਖਜ਼ਾਨਾ ਖਾਲੀ, ਚਲੋ ਫਿਰ ਕਿਤੇ ਹੋਰ ਦੇਖਦੇ ਹਾਂ। ਖਜ਼ਾਨਾ ਨਹੀਂ ਖਾਲੀ ਸੀ, ਨੀਅਤ ਖਾਲੀ ਸੀ। ਮੁੰਡੇ ਕੁੜੀਆਂ ਪੰਜਾਬ ਦੇ, ਸਾਡੇ ਧੀਆਂ ਪੁੱਤ ਅੱਜ ਨੌਕਰੀਆਂ 'ਤੇ ਲੱਗੇ ਨੇ, ਅੱਜ ਨਾਇਬ ਤਹਿਸੀਲਦਾਰ ਬਣੇ ਨੇ, ਅੱਜ SDO ਲੱਗੇ ਨੇ, ਅੱਜ ਹੈੱਡ ਡਰਾਫਟਸਮੈਨ ਬਣੇ ਨੇ, ਨੌਕਰੀਆਂ ਮਿਲੀਆਂ ਨੇ, ਘਰ ਖੁਸ਼ੀਆਂ ਹੋਣਗੀਆਂ, ਜਾ ਕੇ ਹੋਰ ਜ਼ਿਆਦਾ ਹੋਣਗੀਆਂ। ਇਸੇ ਕੰਮ ਵਾਸਤੇ ਆਹੀ ਸੁਪਨਾ ਮੈਂ ਸੰਜੋਇਆ ਸੀ ਕਿ ਮੇਰੇ ਧੀਆਂ ਪੁੱਤਾਂ ਨੂੰ ਇੱਥੇ ਨੌਕਰੀ ਕਿਉਂ ਨਹੀਂ ਮਿਲਦੀ। ਅਸੀਂ ਗੁਰੂ ਨਾਨਕ ਦੇਵ ਦੀ ਧਰਤੀ, ਗੁਰੂ ਸ਼ਹੀਦ ਭਗਤ ਸਿੰਘ ਹੋਰਾਂ ਜੀ ਦੀ ਧਰਤੀ, ਅਸੀਂ ਸਾਡੇ ਪੀਰਾਂ ਫਕੀਰਾਂ ਸ਼ਾਇਰਾਂ ਦੀ ਧਰਤੀ ਛੱਡ ਕੇ ਭੱਜੀ ਕਿਉਂ ਜਾਂਦੇ ਹਾਂ? ਧਰਤੀ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਨਾ। ਧਰਤੀ ਤਾਂ 150 ਮਣ ਦਾਣੇ ਪੈਦਾ ਕਰ ਰਹੀ ਹੈ ਸਾਲ 'ਚ, 90 ਮਣ ਝੋਨਾ, 60 ਮਣ ਕਣਕ। ਧਰਤੀ ਦਾ ਕੋਈ ਕਸੂਰ ਨਹੀਂ, ਪਰ ਕੌਮ ਵੀ ਮਿਹਨਤੀ ਹੈ। ਇਹ ਵੀ ਨਹੀਂ ਹੈਗਾ ਕਿ ਸਾਡੀ ਮਿਹਨਤ 'ਚ ਕੋਈ ਕਮੀ ਆ ਗਈ। ਸਿਸਟਮ ਤੋਂ ਭੱਜ ਰਹੇ ਹਾਂ ਅਸਲ 'ਚ। ਜਦੋਂ ਤੁਹਾਨੂੰ ਇੱਕ ਖਜ਼ਾਨਾ ਮੰਤਰੀ 9.5 ਸਾਲ ਇਹੀ ਕਹੀ ਜਾਵੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ, ਫਿਰ ਤੁਹਾਡਾ ਕੀ? ਮੈਂ ਵੀ ਜੇ ਹੁੰਦਾ ਉਸ ਵੇਲੇ ਬੇਰੁਜ਼ਗਾਰਾਂ ਦੀ ਲਿਸਟ 'ਚ, ਮੈਂ ਵੀ ਕਹਿੰਦਾ ਯਾਰ ਜਦੋਂ ਵਿੱਤ ਮੰਤਰੀ ਨੂੰ ਕਹੀ ਜਾਂਦਾ ਖਜ਼ਾਨਾ ਖਾਲੀ, ਚਲੋ ਫਿਰ ਕਿਤੇ ਹੋਰ ਦੇਖਦੇ ਹਾਂ। ਜ਼ਿੰਦਗੀ ਦੇ ਕੋਈ ਆਰੇ ਟਾਰੇ ਹੋਰ ਲਾਉਂਦੇ ਹਾਂ। ਖਜ਼ਾਨਾ ਨਹੀਂ ਖਾਲੀ ਸੀ ਅਸਲ 'ਚ। ਅਸੀਂ ਆ ਕੇ ਖਜ਼ਾਨਾ ਦੇਖਿਆ, ਆ ਮੇਰੇ ਅਫਸਰ ਬੈਠੇ ਸਾਰੇ, ਖਜ਼ਾਨੇ ਨਾਲ ਸੰਬੰਧਿਤ ਹੀ ਨੇ ਸਾਰੇ, ਰੈਵਨਿਊ ਮਿਨਿਸਟਰ ਨੇ। ਖਜ਼ਾਨਾ ਨਹੀਂ ਖਾਲੀ ਸੀ, ਨੀਅਤ ਖਾਲੀ ਸੀ। ਪੈਸੇ ਲੋਕਾਂ ਨੂੰ ਵੰਡਣੇ ਨਹੀਂ ਆਉਂਦੇ ਸੀ, ਸਿਰਫ ਆਪਦੇ ਪਰਿਵਾਰਾਂ ਨੂੰ ਹੀ ਵੰਡਣੇ ਆਉਂਦੇ ਸੀ, ਬਸ ਚਾਚਿਆਂ ਨੂੰ, ਭਤੀਜਿਆਂ ਨੂੰ, ਸਾਲਿਆਂ ਨੂੰ, ਜੀਜਿਆਂ ਨੂੰ, ਬਸ ਇਦੋਂ ਬਿਨਾਂ ਗੱਲ ਹੀ ਖਤਮ। ਜਿੱਤ ਜਾਂਦੇ ਸੀ, ਆਪਣੇ ਕੋਲ ਕੋਈ ਰਾਹ ਨਹੀਂ ਸੀ, ਕੁੰਡਾ ਲਾ ਕੇ ਬਹਿ ਜਾਂਦੇ ਸੀ। ਅਗਲੀ ਵਾਰ ਆਪਾਂ ਕਹਿੰਦੇ ਸੀ ਬੜੇ ਮਾੜੇ ਨਿਕਲੇ ਬਈ, ਐਤਕੀ ਦੂਜਿਆਂ ਨੂੰ ਮੌਕਾ ਦੇਵਾਂਗੇ, ਉਹ ਜਿੱਤ ਜਾਂਦੇ ਸੀ, ਉਹ ਕੁੰਡਾ ਲਾ ਕੇ ਬਹਿ ਜਾਂਦੇ ਸੀ। ਕੀ ਕਰਦੇ ਫਿਰ ਆਪਾਂ? ਫਿਰ ਕੋਈ ਤੀਜੇ ਆਏ ਵਿੱਚੋਂ, ਕੋਈ ਕਸਤੌਜ ਪਿੰਡ 'ਚੋਂ ਇੱਕ ਜਵਾਕ ਜਿਹਾ ਨਿਕਲਿਆ ਮੁੰਡਾ, ਪਹਿਲਾਂ 17 ਸਾਲ ਦੇ ਨੂੰ ਸਟਾਰ ਬਣਾਤਾ ਕੌਮੇਡੀ ਦਾ, ਉਹ ਤੋਂ ਬਾਅਦ ਫਿਰ ਸਿੱਧਾ ਹੀ ਪਾਰਲੀਮੈਂਟ 2 ਵਾਰੀ, ਉਹਦੇ ਬਾਅਦ ਸਿੱਧਾ ਹੀ ਮੁੱਖ ਮੰਤਰੀ। ਮੁੱਖ ਮੰਤਰੀ ਕੀ ਹੁੰਦਾ? ਮੁੱਖ ਮੰਤਰੀ ਬੈਠਣ ਵਾਲਾ ਉਹਦਾ ਨਹੀਂ ਹੁੰਦਾ, ਮੁੱਖ ਮੰਤਰੀ ਉਹ ਹੁੰਦਾ ਜਿਹੜਾ ਕੁਰਸੀ 'ਤੇ ਕਦੇ ਬੈਠੇ ਨਾ, ਪੰਜਾਬ ਦੇ ਲੋਕਾਂ ਦੀ ਸੇਵਾ ਕਰੀ ਜਾਵੇ, ਕੁਰਸੀ 'ਤੇ ਨਾ ਬੈਠੇ। ਕੁਰਸੀ ਤਾਂ ਖਾਲੀ ਰਹਿਣੀ ਚਾਹੀਦੀ ਹੈ, ਉਹਨੂੰ ਲੋਕਾਂ 'ਚ ਹੋਣਾ ਚਾਹੀਦਾ।